السلام علیکم ویور، کیا حال ہے؟ خیریت نال؟ میں تو اپنا دوست ملک عثمان تو سن دے تے پیو یوٹیوب چینل ملک بلاگ۔ سب تو پہلے جنہاں دوستاں نے چینل سبسکرائب نہیں کیتا چینل کو سبسکرائب کر کے سن تاکہ ہر آون والی نئی ویڈیو تمام دوستاں تک پہنچ سکے۔ ویور جی ویڈیو تو سن دے کرانے وے تواڈے محبت ہیں الحمدللہ جڑا ہے نا 900 تو پلس فالوور تھی چکے ہیں تے اج جڑا ہے نا اج جڑا تو اپ اساں ویلوگ دکھنے پے ہیں اج ویلوگ جڑا ہے نا پولیٹکس دے حوالے نال سیاست دے حوالے نال ਤੁਹਾਡੇ ਬਿਲਕੁਲ ਮੇਰੇ ਬੈਕ ਸਾਈਡ ਤੇ ਸਟੇਟ ਤੁਹਾਨੂੰ ਸਾਹਮਣੇ ਨਜ਼ਰ ਆਣਾ ਪਿਆ ਸੀ ਇਹ ਆਪਣਾ ਯੂਥ ਮੈਂਬਰਸ਼ਿਪ ਕੈਂਪ ਦਾ ਜਿਹੜਾ ਹੈ ਨਾ ਬਾਕਾਇਦਗੀ ਦੇ ਨਾਲ ਆਗਾਜ਼ ਕੀਤਾ ਚੁੱਕੇ ਅੱਜ ਫਸਟ ਡੇ ਹੈ ਤੇ ਤੁਸੀਂ ਦੋਸਤਾਂ ਨੂੰ ਜਿਹੜਾ ਹੈ ਨਾ ਉਹ ਮੁਕੰਮਲ ਵੀਡੀਓ ਦੇ ਵਿੱਚ ਉਹ ਤੁਸੀਂ ਦੇਖ ਸੋ ਮੇਰੇ ਕੈ ਸਰਦਾਰ ਖਾਲਿਦ ਵਾਰਨ ਸਾਹਿਬ ਨੇ ਵਿੱਚ ਮੈਂਬਰਸ਼ਿਪ ਵਸੂਲ ਕਰੇ ਸਨ ਦੋਸਤਾਂ ਕੋਲੋਂ ਮੇਰੇ ਨਾਲ ਮਨਿੰਦਰ ਮਲਕ ਸਫਸਰ ਗਲੋ ਸਾਹਿਬ ਮਲਕ ਵਹੀਦ ਕਰਵਾਲਾ ਸਾਹਿਬ ਮਲਕ ਜ਼ੁਬੈਰ ਕਰਵਾਲਾ ਸਾਹਿਬ ਜਾਂ ਮਾਮਾ ਜਾਨ ਸਾਹਿਬ ਮਲਕ ਪੀਰ ਨਾਇਕ ਸਾਹਿਬ ਜਾਮ ਸਾਹਿਬ ਬੜੀ ਮਿਹਰਬਾਨੀ ਤੁਸੀਂ ਜਿਹੜਾ ਹੈ ਨਾ ਪੀਪੀ 251 ਸਰਦਾਰ ਸਾਹਿਬ ਦੇ ਕੋਆਰਡੀਨੇਟਰ ਵੀ ਤੁਸੀਂ ਬੜਾ ਪਾਰਟਿਸਪੇਟ ਕਰ ਰਹੇ ਹੋ ਅੱਜ ਦੇ ਹਵਾਲੇ ਨਾਲ ਤੁਸੀਂ ਕੀ ਕਰਨਾ ਚਾਹੁੰਦੇ ਸਭ ਤੋਂ ਪਹਿਲੇ ਤਾਂ ਮੈਂ ਪੀਪੀ 251 ਦੇ ਨੌਜਵਾਨੀ ਕੋਏ ਮੈਸੇਜ ਦੇਸਾਂ ਕਿ ਬੀਬੀ ਮਰੀਮ ਨਵਾਜ਼ ਸਾਹਿਬਾ ਨੇ ਯੂਥ ਵਾਸਤੇ ਪਾਕਿਸਤਾਨ ਵਿੱਚ ਬਹੁ ਇੱਕ ਅੱਛਾ ਕਦਮ ਉਠਾਇਆ ਕਿ ਸਾਡੀ ਨੌਜਵਾਨ ਨਸਲ ਈ ਖਾਨ ਸਾਹਿਬ ਨੇ ਤਬਾਹ ਬਰਬਾਦ ਕਰ ਦਿੱਤੀ ਅਤੇ ਅਸਾਂ ਸਲਾਮ ਕੇ ਪੇਸ਼ ਕਰੇ ਸੂੰ ਅਪਰੀਸ਼ੀਏਟ ਕਰੇ ਸੂੰ ਬੀਬੀ ਮਰੀਮ ਨਵਾਜ਼ ਸਾਹਿਬਾ ਕੋ ਕਿ ਉਹਨਾਂ ਨੇ ਨੌਜਵਾਨ ਕੋ ਵਾਪਸ ਨੌਜਵਾਨ ਨਸਲ ਕੋ ਵਾਪਸ ਗਿਣਨ ਦੀ ਖਾਤਰ ਕਿ ਉਹ ਆਪਣੇ ਸਹੀ ਰਸਤੇ 'ਤੇ ਔਰ ਸਹੀ ਆਪਣੇ ਮਾਂ ਪਿਓ ਦੇ ਆਦਾਬ ਵਿੱਚ ਆ ਵਜੇ ਤਾਂ ਉਹਨਾਂ ਨੇ ਇਹ ਕਦਮ ਉਠਾਏ ਅਸਾਂ ਅਪਰੀਸ਼ੀਏਟ ਕਰੇ ਸੂੰ ਔਰ ਸਰਦਾਰ ਖਾਲਿਦ ਮਹਿਮੂਦ ਵਾਰਨ ਸਾਹਿਬ ਦੀ ਜ਼ੇਰੇ ਨਿਗਰਾਨੀ ਹੁਣ ਤੋਂ ਕੁਝ ਦੇਰ ਪਹਿਲੇ ਕੈਂਪ ਲਗਾ ਕੇ ਜਿਹਦੇ ਵਿੱਚ ਆਫਿਸ ਟਾਈਮ ਲਗਾ ਕੇ ਔਰ ਕਾਫੀ 8 ਸਾਢੇ 800 ਮੈਂਬਰਾਂ ਦੇ ਮੈਂਬਰਸ਼ਿਪ ਪੈ ਗਈ ਹੈ ਔਰ ਇਨਸ਼ਾਅੱਲਾ ਇਹ ਮੈਂਬਰਸ਼ਿਪ ਕੱਲ੍ਹ ਨੂੰ ਦੁਬਾਰਾ ਵੀ ਸ਼ੁਰੂ ਥੀ ਸੀ ਅਤੇ ਹਰ ਰੂਟੀਨ ਵਿੱਚ ਡੇਲੀ ਬੁਨਿਆਦ 'ਤੇ ਚਲਦੀ ਰਹਾ ਸੀ ਮੈਂ ਆਪਣੇ ਪੀਪੀ 251 ਦੇ ਦੋਸਤਾਂ ਨੂੰ ਨੌਜਵਾਨ ਨਸਲ ਨੂੰ ਇਹ ਪੈਗਾਮ ਦੇਸਾਂ ਕਿ ਤੁਸੀਂ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਸਾਥ ਦਿਓ ਬੀਬੀ ਮਰੀਮ ਨਵਾਜ਼ ਦਾ ਸਾਥ ਦਿਓ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਸਾਥ ਦਿਓ ਤਾਂ ਕਿ ਪਾਕਿਸਤਾਨ ਦੁਬਾਰਾ ਆਪਣੀ ਤਰੱਕੀ ਦੀ ਰਾਹ 'ਤੇ ਗਾਮਜ਼ਨ ਜੀਵੇ। ਬੜੀ ਮਿਹਰਬਾਨੀ ਜੀ ਮੁਹੰਮਦ ਯਾਰ ਸਾਹਿਬ ਤੁਸੀਂ ਆਪਣੇ ਖਿਆਲਾਂ ਦਾ ਇਜ਼ਹਾਰ ਕੀਤੇ ਹੋਏ। ਅਲਹਮਦੁਲਿਲਾ ਅਸਾਂ ਆਪਣੇ ਪਾਰਟੀ ਦੇ ਵਿਆਨ ਨੂੰ ਆਪਣੇ ਕੈ ਸਰਦਾਰ ਖਾਲਿਦ ਵਾਰਨ ਸਾਹਿਬ ਦੇ ਹੁਕਮ ਦੇ ਲਬਾਇ ਕਰਨ ਹੋਏ ਅਸਾਂ ਜਿਹੜਾ ਕੈਂਪ ਦਾ ਅੱਜ ਫਸਟ ਡੇ ਜਿਹੜਾ ਆਗਾਜ਼ ਕੀਤੇ ਸੀ ਅਤੇ ਮੈਂ ਵੀ ਪੀਪੀ 251 ਦੇ ਰਹਿਣ ਵਾਲੇ ਹਰ ਬਛਿੰਦੇ ਦੋਸਤੇ ਭਾਈਆਂ ਨੂੰ ਗੁਜ਼ਾਰਿਸ਼ ਕਰੇ ਸਾਂ ਕਿ ਜਿਹਨੇ ਦੋਸਤਾਂ ਨੇ ਮੈਂਬਰਸ਼ਿਪ ਵਸੂਲ ਕਰਨੀ ਹੈ ਉਹ ਮਲਕ ਰਹੀਮ ਬਸ਼ ਖਰਵਾਲੇ ਸਾਹਿਬ ਦੇ ਸ਼ੋਰੂਮ 'ਤੇ ਜਿਹੜਾ ਇਹਨਾਂ ਅਸਾਂ ਕੈਂਪ ਓਪਨ ਕੀਤੇ ਤਾਂ ਮੈਂ ਉਹਨਾਂ ਨੂੰ ਦਾਵਤ ਦੇਸਾਂ ਇੱਥਾਂ ਜਿਹੜਾ ਇਹਨਾਂ ਅਸਾਂ ਤਕਰੀਬਨ 1 ਵੀਕ ਇੱਕ ਹਫ਼ਤੇ ਦਾ ਜਿਹੜਾ ਇਹਨਾਂ ਉਹ ਸਾਡਾ ਕੈਂਪ ਹੈ ਅਤੇ ਜਿਹਨੇ ਦੋਸਤ ਮੈਂਬਰਸ਼ਿਪ ਵਸੂਲ ਕਰਨੀ ਹੈ ਤਾਂ ਉਹ ਆਪਣਾ ਤਸ਼ਰੀਫ ਲੈਣਾ ਸੀ। ਦੇਖੋ ਦੇਖੋ ਕੌਣ ਆਇਆ? ਸ਼ੇਰ ਆਇਆ, ਸ਼ੇਰ ਆਇਆ, ਕੌਣ ਆਇਆ? ਸ਼ੇਰ ਆਇਆ, ਸ਼ੇਰ ਆਇਆ। ਸਰਦਾਰ ਖਾਲਿਦ ਮਹਿਮੂਦ ਵਾਰਨ ਜ਼ਿੰਦਾਬਾਦ, ਸਰਦਾਰ ਖਾਲਿਦ ਮਹਿਮੂਦ ਵਾਰਨ ਜ਼ਿੰਦਾਬਾਦ, ਮਰੀਮ ਨਵਾਜ਼ ਜ਼ਿੰਦਾਬਾਦ, ਮਰੀਮ ਨਵਾਜ਼ ਜ਼ਿੰਦਾਬਾਦ, ਮੁਹੰਮਦ ਨਵਾਜ਼ ਸ਼ਰੀਫ ਜ਼ਿੰਦਾਬਾਦ, ਮੁਹੰਮਦ ਨਵਾਜ਼ ਸ਼ਰੀਫ ਜ਼ਿੰਦਾਬਾਦ, ਮੁਹੰਮਦ ਨਵਾਜ਼ ਸ਼ਰੀਫ ਜ਼ਿੰਦਾਬਾਦ। ਸਹੀ ਸਹੀ ਰਿਆ ਸਹੀ ਸਹੀ ਸਾਰੀ ਤਵੱਜੋ ਤੇਰੇ ਪਾਸੇ ਤੇਲ ਵਾਲੇ ਪਹਿਲੇ ਆ ਵਜੇ ਲੱਗਦੇ ਲੱਗਦੇ ਇਹ ਬਾਲ ਕਿਹਨੇ ਨਾਲੇ ਪਕੜੋ ਕਰੋ ਨਾਰੇ ਮਰੇ ਨਾ
ਆਵੇ ਕਿ ਦੇਖਿਓ ਜਾਮ ਸਾਹਿਬ ਜਾਮ ਸਾਹਿਬ ਤੇ ਕੋ ਪਤਾ ਨਹੀਂ ਕੀ ਆਇਆ ਹੀ ਮੀਆਂ ਮੁਹੰਮਦ ਨਵਾਜ਼ ਸ਼ਰੀਫ ਜ਼ਿੰਦਾਬਾਦ ਸਰਦਾਰ ਖਾਲਿਦ ਮਹਿਮੂਦ ਵਾਰੋ ਜ਼ਿੰਦਾਬਾਦ ਸਰਦਾਰ ਖਾਲਿਦ ਮਹਿਮੂਦ ਵਾਰੋ ਜ਼ਿੰਦਾਬਾਦ ਦੇਖੋ ਦੇਖੋ ਕੌਣ ਆਇਆ ਸ਼ੇਰ ਆਇਆ ਸ਼ੇਰ ਆਇਆ ਕੌਣ ਆਇਆ ਸ਼ੇਰ ਆਇਆ ਸ਼ੇਰ ਆਇਆ ਦੇਖੋ ਕੌਣ ਆਇਆ ਸ਼ੇਰ ਆਇਆ ਸ਼ੇਰ ਆਇਆ ਸਰਦਾਰ ਖਾਲਿਦ ਮਹਿਮੂਦ ਵਾਰੋ ਜ਼ਿੰਦਾਬਾਦ ਸਰਦਾਰ ਖਾਲਿਦ ਮਹਿਮੂਦ ਵਾਰੋ ਜ਼ਿੰਦਾਬਾਦ ਬੀਬੀ ਮਰੀਮ ਨਵਾਜ਼ ਜ਼ਿੰਦਾਬਾਦ ਬੀਬੀ ਮਰੀਮ ਨਵਾਜ਼ ਜ਼ਿੰਦਾਬਾਦ ਚਾਲੋ ਸੁਭੋ ਕੀ ਆਵਾਜ਼ ਮਰੀਮ ਨਵਾਜ਼ ਮਰੀਮ ਨਵਾਜ਼ مریم نواز مریم نواز سردار خالد محمود وارو زندہ باد سردار خالد محمود وارو زندہ باد بی بی مریم نواز زندہ باد بی بی مریم نواز زندہ باد اوہو باد میری آواز مریم نواز مریم نواز مریم نواز مریم نواز مریم نواز مریم مریم نواز مریم مریم نواز مریم نواز زندہ باد مریم نواز شری زندہ باد خالد محمود وارو زندہ باد خالد محمود وارو زندہ باد شیر آیا شیر آیا شیر آیا شیر خالد محمود وارو زندہ باد خالد محمود وارو زندہ باد مریم نواز مریم نواز نظر آ ویور سردار ملک خالد وارن صاحب آپ جڑا ہے نا فل اپ فارم کرنے پین تے تساں دے دے پے یوتھ ممبرشپ جڑا کیمپ پے انہاں دا الحمدللہ آغاز تھی چکے سردار صاحب جڑا ہے نا اپنی موجودگی دے وچ جڑا ہے نا فارم فل اپ کرنے پین سردار خالد وارن صاحب خود جڑا ہے نا فارم فل اپ کرنے پین چندر صاحب کی محسوس سنا پہ اپنے قید اپنا فارم فل اپ کرنے پہ ویورز یوتھ ممبر شپ کیمپ کا جڑا آغاز تھی چکے پی پی ڈو 151 کے تساں لے دے پے اپنے قید بھی ہیں کو اگو تو گنتے ہوئے پن سارے قید سردار خالد وارن صاحب ملک زہیب مشتاق صاحب دا فارم فل اپ جی کے جی ہاں ماما سی اپ نال آمن والا آمن سے ٹھیک ہے جی ٹھیک ہے اوکے اوکے سر جی جی ملک حسن صاحب جی ہم جی حسن
ما شاء الله سيدي جام شاد نوري صاحب الحمد لله يوث ممبر شپ کیمپ دا جڑا نا بڑا باقاعدگی قاعدگی دے نال جڑا نا آغاز تے ماشاءاللہ کثیر تعداد دے دوستاں دے جڑا نا فارم فل اپ تھی سر موجود ہے بندہ اچھا ہاں بھی ہے ملك اسد دا سائیں السلام علیکم اے سی نئے چینل ہیں افتتاح دفتر دا میں والا کال کرے نا سائیں نا فیل کرو ملک اسد دا ون صاحب دا فارم اوکے ٹھیک ہے کل کل ٹائم نال تو سائیں جی ہاں ٹھیک اوکے سر تھینک یو اے سر اے کمپلیٹ ہے اب بالکل ہو جا علی بارڈ صاحب دا جڑا ہے نا فارم اے فل اپ ٹھیک ہے الحمدللہ سردار صاحب سیگنیچر کرنے پے ماشاءاللہ یوتھ ممبر شپ کیمپ دا جڑا ہے نا بڑا تیزی نال آغاز تھے ماشاءاللہ اوکے ماشاءاللہ سی ماشاءاللہ رجسٹر ٹو ڈے رینکس اف پی ایم ایل اینڈ فیوچر لیڈر ماشاءاللہ سی سنڈے دے پے بڑا تیزی دے نال جڑا ہے نا کیمپ دا آغاز سے اور ماشاءاللہ فارم جڑے ہیں نا کثیر تعداد دے وچ جڑا ہے نا فارم